ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦੇ ਲਈ 6ਵਾਂ ਪੇ ਕਮਿਸ਼ਨ 1/1/2016 ਤੋਂ ਲਾਗੂ ਕੀਤਾ ਗਿਆ ਪਰ ਇਸ ਦੀ ਅਦਾਇਗੀ ਮਲਾਜ਼ਮਾਂ ਨੂੰ 1/7/2021 ਤੋਂ ਦਿੱਤੀ ਗਈ ਯਾਨੀ ਕਿ 5.5 ਸਾਲ ਦੇ ਏਰੀਅਰ ਦੀ ਗੱਲਬਾਤ ਜਿਹੜੀ ਹੈ ਹਜੇ ਸਰਕਾਰ ਨੇ ਨਹੀਂ ਕੀਤੀ ਔਰ ਇਸ ਦੀ ਕੋਈ ਵੀ ਕਿਸ਼ਤ ਜਿਹੜੀ ਹੈ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੂੰ ਹਜੇ ਨਹੀਂ ਦਿੱਤੀ ਗਈ ਪਰ 6ਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਲਗਭਗ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ 2 ਸਾਲ ਦਾ ਸਮਾਂ ਜਿਹੜਾ ਬੀਤ ਚੁੱਕਿਆ ਪਰ ਇਸ ਦੇ ਵਿੱਚ ਹਜੇ ਵੀ ਬਹੁਤ ਸਾਰੀਆਂ ਹੁਣਤਾਈਆਂ ਨੇ ਜਿਨ੍ਹਾਂ ਨੂੰ ਸਰਕਾਰ ਨੇ ਹਜੇ ਦੂਰ ਨਹੀਂ ਕੀਤਾ ਸੋ ਆਓ ਇਸ ਬਾਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਛੇਵੇਂ ਪੇ ਕਮਿਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਸਰਕਾਰ ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਿੰਨ ਫੈਕਟਰ ਜਿਹੜੇ ਨੇ ਦਿੱਤੇ ਨੇ 2.95 2.25 ਤੇ 15% ਹੁਣ ਜੇਕਰ 2.25 ਫੈਕਟਰ ਦੀ ਗੱਲ ਕਰੀਏ ਤਾਂ ਇਹ ਉਹਨਾਂ ਮੁਲਾਜ਼ਮਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ 2011 ਦੇ ਵਿੱਚ 1/12 2011 ਦੇ ਵਿੱਚ ਸਕੇਲਾਂ ਦਾ ਵਾਅਦਾ ਦਿੱਤਾ ਗਿਆ ਸੀ ਤਾਂ ਉਹਨਾਂ ਦੇ ਲਈ 2.25 ਦਾ ਫੈਕਟਰ ਜਿਹੜਾ ਹੈ ਉਹ ਬਣਾਇਆ ਗਿਆ ਔਰ ਬਾਕੀ ਮੁਲਾਜ਼ਮਾਂ ਦੇ ਲਈ 2.59 ਦਾ ਫੈਕਟਰ ਜਿਹੜਾ ਹੈ ਦਿੱਤਾ ਗਿਆ 1/1 2016 ਤੋਂ ਯਾਨੀ ਕਿ ਜੋ ਵੀ ਬੇਸਿਕ ਮੁਲਾਜ਼ਮ ਇਸ ਤੋਂ ਪਹਿਲਾਂ ਲੈ ਰਹੇ ਸੀ ਉਸ ਨੂੰ 2.59 ਦੇ ਨਾਲ ਗੁਣਾ ਕੀਤਾ ਗਿਆ ਪਰ ਬਹੁਤ ਸਾਰੇ ਮੁਲਾਜ਼ਮ ਅਜਿਹੇ ਸੀ ਜਿਨ੍ਹਾਂ ਨੂੰ 2.25 ਦੇ ਫੈਕਟਰ ਦੇ ਨਾਲ ਕੋਈ ਵੀ ਲਾਭ ਨਹੀਂ ਹੋਇਆ ਤੋਂ ਇਸ ਤੋਂ ਬਾਅਦ ਸਰਕਾਰ ਨੇ 15% ਦੀ ਗਾਰੰਟੀ ਦਾ ਫਾਰਮੂਲਾ ਦਿੱਤਾ ਜਿਸ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਡੀਏ ਦਾ ਆਧਾਰ ਜਿਹੜਾ 113% ਮੰਨਿਆ ਗਿਆ ਸਭ ਤੋਂ ਪਹਿਲੀ ਹੁਣ ਤਾਈਂ ਕਹੀ ਜਾ ਸਕਦੀ ਹੈ ਕਿ ਹੁਣ ਜਦੋਂ ਸਰਕਾਰ ਨੇ ਉਸ ਵਕਤ ਯਾਨੀ ਕਿ 1 ਸਤੰਬਰ 2015 ਤੋਂ 31 12 2015 ਤੱਕ ਡੀਏ ਦੇ ਵਿੱਚ ਵਾਧਾ ਦੇ ਦਿੱਤਾ ਉਸ ਦੀ ਇਰੀਅਰ ਦੀ ਅਦਾਇਗੀ ਵੀ ਜਿਹੜੀ ਅਮਲਾਜ਼ਮਾ ਤੇ ਪੈਨਸ਼ਨਾਂ ਨੂੰ ਹੋ ਚੁੱਕੀ ਹੈ ਸੋ ਡੀਏ ਜਿਹੜਾ ਹੈ 31 12 2015 ਨੂੰ 113 ਦੀ ਥਾਂ ਤੇ ਹੁਣ 119% ਜਿਹੜਾ ਹੈ ਹੋ ਗਿਆ ਪਰ 15% ਦੇ ਫਾਰਮੂਲੇ ਦੇ ਵਿੱਚ ਅੱਜ ਵੀ 113% ਡੀਏ ਨੂੰ ਹੀ ਆਧਾਰ ਮੰਨਿਆ ਜਾਂਦਾ ਸੋ ਸਭ ਤੋਂ ਪਹਿਲੀ 29 ਮੈਂ ਇਹ ਕਹਿ ਸਕਦਾ ਕਿ 119% ਜਿਹੜਾ ਡੀਏ ਹੈ ਉਸ ਨੂੰ ਆਧਾਰ ਬਣਾਉਣਾ ਚਾਹੀਦਾ ਹੈ 15% ਦੇ ਫਾਰਮੂਲੇ ਦੇ ਵਿੱਚ ਇਹ 29 ਜਿਹੜੀ ਹੈ ਹਜੇ ਵੀ 6ਵੇਂ ਪੇ ਕਮਿਸ਼ਨ ਦੇ ਵਿੱਚ ਬਾਕੀ ਹੈ ਇਸ ਤੋਂ ਇਲਾਵਾ ਦੋਸਤੋ ਗੱਲ ਕਰੀਏ ਇਨਾ ਫੈਕਟਰਾਂ ਦੀ ਤਾਂ ਜਿਹੜੇ ਪੰਜਾਬ ਸਰਕਾਰ ਦੇ ਪੈਨਸ਼ਨਰ ਨੇ ਉਹਨਾਂ ਨੂੰ ਮਹਿਜ 2.45 ਦਾ ਫੈਕਟਰ ਹੀ ਜਿਹੜਾ ਦਿੱਤਾ ਗਿਆ ਯਾਨੀ ਕਿ ਇੱਕ ਇੱਕ 2016 ਤੋਂ ਉਹਨਾਂ ਦੀ ਪੈਨਸ਼ਨ ਜਿਹੜੀ ਹੈ 2.45 ਦੇ ਫੈਕਟਰ ਦੇ ਨਾਲ ਜਿਹੜੀ ਹੈ ਸੋਧੀ ਗਈ ਹੈ 2.59 ਦਾ ਲਾਭ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਔਰ ਪੰਜਾਬ ਦੇ 3 ਲੱਖ ਦੇ ਕਰੀਬ ਪੈਨਸ਼ਨਰਾਂ ਦੀ ਮੰਗ ਹੈ ਕਿ ਇੱਕ 2016 ਤੋਂ ਉਹਨਾਂ ਨੂੰ 2.59 ਦਾ ਫੈਕਟਰ ਦੇ ਕੇ ਪੈਨਸ਼ਨ ਜਿਹੜੀ ਆ ਸੋਧੀ ਜਾਵੇ ਸੋ ਦੂਸਰੀ ਵੱਡੀ ਹੁਨਤਾਈ ਕਹੀ ਜਾ ਸਕਦੀ ਹੈ ਜੋ ਕਿ ਮਲਾਜ਼ਮਾਂ ਦੇ ਨਾਲ ਗੱਲਬਾਤ ਕਰੀਏ ਤਾਂ ਪਤਾ ਲੱਗਦਾ ਹੈ ਕਿ 6ਵੇਂ ਪੇ ਕਮਿਸ਼ਨ ਦੇ ਵਿੱਚ ਇਹ ਵੀ ਅੱਜ ਇੱਕ ਹੁਨਤਾਈ ਹੈ ਜੋ ਕਿ ਲਗਭਗ 2 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਿਹੜੀ ਹੈ ਦੂਰ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਦੋਸਤੋ ਗੱਲ ਕਰੀਏ ਤਾਂ ਲਗਾਤਾਰ ਅਸੀਂ ਇਸ ਚੈਨਲ ਤੇ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ 37 ਦੇ ਕਰੀਬ ਜਿਹੜੇ ਪੱਤੇ ਨੇ ਉਹ ਬੰਦ ਕੀਤੇ ਹੋਏ ਨੇ ਇਹਨਾਂ ਦੀ ਜਿਹੜੀ ਅਦਾਇਗੀ ਆ ਮੁਲਾਜ਼ਮਾਂ ਨੂੰ ਨਹੀਂ ਹੋ ਰਹੀ 2 ਸਾਲ ਤੋਂ ਇਹ ਪੱਤੇ ਬੰਦ ਨੇ ਜੇਕਰ ਅਸੀਂ ਗੱਲ ਕਰੀਏ ਰੂਰਲ ਅਲਾਉਂਸ ਦੀ ਬਾਰਡਰ ਏਰੀਆ ਅਲਾਉਂਸ ਦੀ ਹੈਂਡੀਕੈਪਟਲ ਅਲਾਉਂਸ ਦੀ ਸਰਕਾਰ ਨੇ ਬਾਰ ਬਾਰ ਇਹਨਾਂ ਨੂੰ ਰੈਸ਼ਨਲਾਈਜ਼ ਕਰਨ ਦੀ ਗੱਲ ਕਹੀ ਹੈ ਮੀਟਿੰਗਾਂ ਵੀ ਜਿਹੜੀਆਂ ਨੇ ਇਸ ਮਹੀਨੇ ਦੇ ਵਿੱਚ ਇਸ ਨੂੰ ਲੈ ਕੇ ਹੋਈਆਂ ਨੇ ਪਰ ਇਹਨਾਂ ਨੂੰ ਬੰਦ ਕਰਨਾ ਜਾਂ ਫਿਰ ਇਹਨਾਂ ਨੂੰ ਚਲਦੇ ਰੱਖਣਾ ਇਸ ਬਾਰੇ ਵੀ ਕੋਈ ਗੱਲਬਾਤ ਜਿਹੜੀ ਨਹੀਂ ਕੀਤੀ ਗਈ ਸੋ 6ਵੇਂ ਪੇ ਕਮਿਸ਼ਨ ਦੇ ਵਿੱਚ ਤੀਜੀ ਵੱਡੀ ਗੱਲ ਜਿਹੜੀ ਹੈ ਕਿ ਇਹਨਾਂ 37 ਪੱਤਿਆਂ ਨੂੰ ਹਜੇ ਤੱਕ ਨਹੀਂ ਚਲਾਇਆ ਗਿਆ ਜਾਂ ਇਹਨਾਂ ਦੀ ਅਦਾਇਗੀ ਜਿਹੜੀ ਹੈ ਸਰਕਾਰ ਨੇ ਹਜੇ ਤੱਕ ਨਹੀਂ ਕੀਤੀ ਇਸ ਤੋਂ ਇਲਾਵਾ ਦੋਸਤੋ ਚੌਥੀ ਵੱਡੀ ਹੁਣ ਤਾਂ ਹੀ ਦੀ ਗੱਲ ਕਰੀਏ ਤਾਂ ACP ਨੂੰ ਲੈ ਕੇ ਵੀ ਸਰਕਾਰ ਨੇ ਹਜੇ ਤੱਕ ਰੋਕ ਲਗਾਈ ਹੋਈ ਹੈ 1 ਸਤ 2021 ਤੋਂ ਬਾਅਦ ACP ਯਾਨੀ ਕਿ ਅਸ਼ੋਰ ਕੈਰੀਅਰ ਪ੍ਰੋਗਰੈਸ਼ਨ ਬਹੁਤ ਸਾਰੇ ਡਿਪਾਰਟਮੈਂਟ ਨੇ ਜਿੱਥੇ 4 ਨੂੰ 14 ਤੇ ਕਈ ਡਿਪਾਰਟਮੈਂਟ ਜਿੱਥੇ 9 16 23 ਜਿਹੜਾ ਉਹ ਦਿੱਤਾ ਜਾਂਦਾ ਪਰ ਇਸ ਉੱਪਰ ਸਰਕਾਰ ਨੇ ਰੋਕ ਲਗਾਈ ਹੋਈ ਹੈ ਇਸ ਨੂੰ ਵੀ ਜਿਹੜਾ ਸਰਕਾਰ ਨੇ ਹਜੇ ਵੀ ਖੋਲਿਆ ਨਹੀਂ ਹੈ ਯਾਨੀ ਕਿ 4 ਸਾਲ ਦੀ ਸੇਵਾ ਹੋਣ ਤੋਂ ਬਾਅਦ ਜਿਹੜੇ ਤੁਹਾਨੂੰ ਇਨਕ੍ਰੀਮੈਂਟ ਦੇ ਲਾਭ ਮਿਲਦੇ ਸੀ ਉਹ ਫਿਲਹਾਲ ਨਹੀਂ ਮਿਲ ਰਹੇ ਇਹ ਸਿਰਫ ਜਿਹੜੇ ਨੇ 30 6 2021 ਤੱਕ ਹੀ ਦਿੱਤੇ ਗਏ ਨੇ 6ਵੇਂ ਪੇ ਕਮਿਸ਼ਨ ਦੀ 29 ਕ ਹੈ ਕਈ ਜਾ ਸਕਦੀ ਹੈ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ 6ਵਾਂ ਪੇ ਕਮਿਸ਼ਨ 1 1 2016 ਤੋਂ ਲਾਗੂ ਕੀਤਾ ਗਿਆ ਪਰ ਅਫੈਕਟਿਵ ਜਿਹੜਾ ਹੈ ਇਹ ਇਸ ਦੀ ਅਦਾਇਗੀ ਜਿਹੜੀ ਇੱਕ ਸਾਤ 2021 ਤੋਂ ਦਿੱਤੀ ਗਈ ਪਰ 1 ਇੱਕ 16 ਤੋਂ ਲੈ ਕੇ 30 2021 ਤੱਕ 5.5 ਸਾਲ ਦਾ ਜਿਹੜਾ ਬਕਾਇਆ ਹੈ ਉਹ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹਜੇ ਤੱਕ ਨਹੀਂ ਦਿੱਤਾ ਗਿਆ ਆਇਆ ਕਿਹਾ ਗਿਆ ਸੀ ਪਿਛਲੀ ਸਰਕਾਰ ਵੱਲੋਂ ਕਿ ਇਸ ਨੂੰ 8 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਪਰ ਇਸ ਦੀ ਇੱਕ ਵੀ ਕਿਸ਼ਤ ਦੀ ਅਦਾਇਗੀ ਜਿਹੜੀ ਹੈ ਸਰਕਾਰ ਨੇ ਬਲਾਜ਼ਮਾ ਨੂੰ ਨਹੀਂ ਕੀਤੀ 2 ਸਾਲ ਦਾ ਸਮਾਂ ਜਿਹੜਾ ਹੈ ਪੇ ਕਮਿਸ਼ਨ ਲਾਗੂ ਹੋਏ ਨੂੰ ਹੋ ਚੁੱਕਿਆ ਹੈ ਦੋਸਤੋ ਇਸ ਤੋਂ ਬਾਅਦ ਜੇਕਰ 6ਵੇਂ ਪੇ ਕਮਿਸ਼ਨ ਦੇ ਵਿੱਚ ਇੱਕ ਹੋਰ ਵੱਡੀ ਹੁਨਤਾਹੀ ਦੀ ਜਾਂ ਫਿਰ ਕਮੀ ਦੀ ਗੱਲ ਕਰੀਏ ਕਿ ਸੈਂਟਰ ਦਾ ਜੋ ਇਸ ਵਕਤ ਡੀਏ ਹੈ ਉਹ 42% ਚੱਲ ਰਿਹਾ ਔਰ ਉਸ ਨੂੰ 45% ਕਰਨ ਦੀ ਗੱਲ ਵੀ ਜਿਹੜੀ ਹੈ ਚੱਲ ਰਹੀ ਹੈ ਯਾਨੀ ਕਿ 1 ਜੁਲਾਈ 2023 ਤੋਂ ਸੈਂਟਰਲ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਡੀਏ ਦੇ ਵਿੱਚ ਵਾਧਾ ਦੇ ਕੇ 45% ਡੀਏ ਦੀ ਅਦਾਇਗੀ ਜਿਹੜੀ ਹੈ ਤਨਖਾਹ ਦੇ ਨਾਲ ਕੀਤੀ ਜਾਵੇਗੀ ਪਰ ਪੰਜਾਬ ਸਰਕਾਰ ਦੇ ਜਿਹੜੇ ਕਰਮਚਾਰੀ ਨੇ ਉਹ ਅੱਜ ਵੀ 34% ਡੀਏ ਹੀ ਜਿਹੜਾ ਲੈ ਰਹੇ ਨੇ ਆਪਣੀਆਂ ਤਨਖਾਹਾਂ ਦੇ ਵਿੱਚ ਇਸ ਤੋਂ ਇਲਾਵਾ ਵੀ ਦੋਸਤੋ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਜਦੋਂ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਹੁਣ ਤੱਕ ਬਹੁਤ ਸਾਰੀਆਂ ਹੋਰ ਛੋਟੀਆਂ-ਛੋਟੀਆਂ ਕਮੀਆਂ ਜਣੀਆਂ ਨੇ ਉਹ ਪਾਈਆਂ ਗਈਆਂ ਨੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਮੁੱਖ ਤੌਰ ਤੇ ਉਨਤਾਈਆਂ ਨੇ ਪੀ ਕਮਿਸ਼ਨ ਦੇ ਵਿੱਚ ਹੋ ਉਸ ਨੂੰ ਉਜਾਗਰ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਵੀ ਤੁਹਾਡੇ ਮਨ ਦੇ ਵਿੱਚ 6ਵੇਂ ਪੀ ਕਮਿਸ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ ਜਾਂ ਕੋਈ ਉਨਤਾਹੀ ਤੁਹਾਡੇ ਮਨ ਦੇ ਵਿੱਚ ਹੈ ਜਿਹੜੀ ਤੁਸੀਂ ਡਿਸਕਸ ਕਰਨਾ ਚਾਹੋਗੇ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਉਸ ਦਾ ਜ਼ਿਕਰ ਜ਼ਰੂਰ ਕਰ ਸਕਦੇ ਹੋ ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ